ਸਲਾਮ ਬਾਹਰ ਇੰਟਰਨੈਟ ਰਿਪੋਰਟ ਨੇ ਅੰਦਰ ਆ ਗਿਆ ਹੈ ਮੁਸਾਫਰ ਜਾ ਰਿਹਾ ਵੈਲਕਮ ਕੀ ਹਾਲ ਹੈ ਮੇਰੇ ਦੋਸਤੋ ਭੈਣ ਭਰਾਓ ਸੰਗੀਓ ਬਜ਼ੁਰਗੋ ਸਾਰੇ ਠੀਕ ਠਾਕ ਵਸੋ ਤੁਸਾਂ ਉਮੀਦ ਕਰਨਾ ਜਿੱਥੇ ਵੀ ਹੱਸੋ ਆਪਣੇ ਅੱਲਾਹ ਤਾਲਾ ਦੇ ਜੋ ਮਾਨ ਵਿੱਚ ਹੱਸੋ ਸਭ ਠੀਕ ਠਾਕ ਹੱਸੋ ਮੈਂ ਕਮਰਾਨ ਸ਼ਹਿਜ਼ਾਦ ਕਸ਼ਮੀਰੀ ਯੂਟਿਊਬ ਚੈਨਲ ਮੈਂ ਭੈਣ ਭਰਾਓ ਯੂਟਿਊਬ ਚੈਨਲ ਤੁਹਾਨੂੰ ਵਾਸਤੇ ਇੱਕ ਵੀਡੀਓ ਸ਼ੇਅਰ ਕਰਾਂਗਾ ਮੈਂ ਇਸਲਾਮਾਬਾਦ ਇੰਟਰਨੈਸ਼ਨਲ ਏਅਰਪੋਰਟ ਤੋਂ ਆਇਆ ਸਾਂ ਮੇਰੇ ਅੰਕਲ ਗ੍ਰੀਸ ਤੋਂ ਆ ਰਹੇ ਨੇ ਮੈਂ ਉਹਨੇ ਪਿੱਕ ਕਰਨ ਵਾਸਤੇ ਆਇਆ ਸਾਂ ਸੁਬਹਾ ਨਾ 4 ਵਜੇ ਦਾ ਟਾਈਮ ਹੈ ਇੱਥੇ ਮੈਂ ਏਅਰਪੋਰਟ 'ਤੇ ਪਹੁੰਚਿਆ ਵਾਂ ਅਤੇ ਆਓ ਤੁਸੀਂ ਇਸਲਾਮਾਬਾਦ ਇੰਟਰਨੈਸ਼ਨਲ ਏਅਰਪੋਰਟ ਮੈਂ ਵਿਜ਼ਿਟ ਕਰਾਂ ਅਤੇ ਮੇਰੇ ਯੂਟਿਊਬ ਸਬਸਕ੍ਰਾਈਬ ਕਰੋ ਮੇਰੀ ਵੀਡੀਓ ਫਾਲੋ ਕਰੋ ਲਾਈਕ ਕਰੋ ਅਤੇ ਆਪਣੇ ਦੋਸਤਾਂ ਯਾਰਾਂ ਅਜ਼ੀਜ਼ਾਂ ਕੀ ਵੀ ਸ਼ੇਅਰ ਕਰੋ ਅਤੇ ਮੈਂ ਤੁਸਾਂ ਵਾਸਤੇ ਹੋਰ ਵੀ ਬਹੁਤ ਬਹੁਤ ਚੰਗੀਆਂ ਚੰਗੀਆਂ ਵੀਡੀਓ ਬਣਾ ਕੇ ਸ਼ੇਅਰ ਕਰ ਸਕਾਂ ਤੁਸਾਂ ਮੇਰੇ ਚੈਨਲ ਸਬਸਕ੍ਰਾਈਬ ਕਰੋ ਤਾਂ ਆਓ ਤੁਹਾਨੂੰ ਹੁਣ ਇਸਲਾਮਾਬਾਦ ਇੰਟਰਨੈਸ਼ਨਲ ਏਅਰਪੋਰਟ ਨਾਲ ਵਿਜ਼ਿਟ ਕਰਾਵਾਂ ਮੈਂ ਸਰ ਹੁਣ ਇਸਲਾਮਾਬਾਦ ਇੰਟਰਨੈਸ਼ਨਲ ਏਅਰਪੋਰਟ ਨੇ ਅੰਦਰ ਆ ਗਿਆ ਹੈ ਇਹਨਾਂ ਦਾ ਫਸਟ ਫਲੋਰ ਹੈ ਇੰਟਰਨੈਸ਼ਨਲ ਏਅਰਪੋਰਟ ਦਾ ਇਹ ਮੇਰੇ ਪਿੱਛੇ ਬੈਕ ਸਾਈਡ ਦਾ ਮੁਸਾਫਰ ਸੀੜੀਆਂ ਚੜ੍ਹ ਕੇ ਇਲੈਕਟ੍ਰੋਨਿਕ ਸੀੜੀਆਂ ਦੇ ਉੱਪਰ ਜਾ ਰਹੇ ਨੇ ਇਹ ਇਹਨਾਂ ਦੀ ਜਨਾਬ ਪਾਰਕਿੰਗ ਹੈ ਇਹ ਗੱਡੀਆਂ ਤੁਸੀਂ ਨਜ਼ਰ ਆ ਰਹੀਆਂ ਸਾਹਮਣੇ ਖਲਤੀਆਂ ਇਹ ਬੇਸਮੈਂਟ 'ਚ ਇਹਨਾਂ ਦੀ ਪਾਰਕਿੰਗ ਹੈ ਇਸਲਾਮਾਬਾਦ ਇੰਟਰਨੈਸ਼ਨਲ ਏਅਰਪੋਰਟ ਦੀ ਪਾਰਕਿੰਗ ਹੈ ਇਹ ਇੱਥੇ ਬੇਸਮੈਂਟ 'ਚ ਤੁਸੀਂ ਗੱਡੀਆਂ ਖਲਤੀਆਂ ਨਜ਼ਰ ਆ ਰਹੀਆਂ ਨੇ ਆਹ ਤੁਸੀਂ ਹੋਰ ਹੀ ਵਿਜ਼ਿਟ ਕਰਾਈਏ ਇਸਲਾਮਾਬਾਦ ਇੰਟਰਨੈਸ਼ਨਲ ਨਾਲ ਇਹ ਇਲੈਕਟ੍ਰੋਨਿਕ ਸੀੜੀਆਂ ਨੇ ਇੱਥੋਂ ਰਵਾਨਗੀ ਜਾਣਾ ਹੋਵੇ ਤਾਂ ਉੱਪਰ ਵਾਲੇ ਫਲੋਰ 'ਤੇ ਜਾਣਾ ਪਿਆ ਸੀ ਤੁਸੀਂ ਇਹ ਰਵਾਨਗੀ ਨਾਲ ਬੋਰਡ ਲੱਗੇ ਆ ਸਾਹਮਣੇ ਤੁਸੀਂ ਨਜ਼ਰ ਆ ਰਿਹਾ ਅਤੇ ਹੁਣ ਅਸਾਂ ਉੱਪਰ ਸਾਜਾਸਾ ਸੀੜੀਆਂ 'ਤੇ ਮੈਂ ਉੱਪਰ ਵਾਲੇ ਫਲੋਰ 'ਤੇ ਆ ਗਿਆ ਹੁਣ ਜਿੱਥੋਂ ਰਵਾਨਗੀ ਜਾਣੇ ਨੇ ਕਿਹੜਾ ਬਸ ਇਹ ਡਿਪਾਰਚਰ ਫਲੋਰ ਹੈ ਜਿੱਥੇ ਮੁਸਾਫਰ ਹੁਣ ਜਹਾਜ਼ ਦੀ ਤਰਫ ਜਾ ਰਹੇ ਚੈਕਿੰਗ ਸ਼ੁਰੂ ਹੈ ਤੁਸੀਂ ਨਜ਼ਰ ਆ ਰਿਹਾ ਇਹ ਮੁਸਾਫਰ ਜਾ ਰਿਹਾ ਉਹ ਬੰਦੇ ਖਲਤੇ ਜਿਹੜੇ ਆਪਣੇ ਅਜ਼ੀਜ਼ ਘਰ ਵੀ ਛੋੜਨੇ ਵਾਸਤੇ ਆਏ ਨੇ ਏਅਰਪੋਰਟ 'ਤੇ ਆ ਗਈ ਹੈ 5 ਪੰਜੀਆਂ ਪਰ ਅਸੀਂ ਤਾਂ ਆਓ ਨੀਚੇ ਜੁੜੀਏ ਜਿੱਥੇ ਆਮ ਤਰ੍ਹਾਂ ਸਿਲਸਿਲਾ ਹੈ ਉੱਥੇ ਜੁੜੀਏ ਤੁਸੀਂ ਇਲੈਕਟ੍ਰੋਨਿਕ ਸੀੜੀਆਂ ਤੋਂ ਆਓ ਨੀਚੇ ਜੁੜੀਏ ਕਿਹੜਾ ਅਟੈਕ ਹੈ ਮੇਰੇ ਬੈਕ ਸਾਈਡ ਦਾ ਮੁਸਾਫਰ ਵੀ ਕਰਦੇ ਨੇ ਫਲੈਟ ਉੱਧਰ ਵੀ ਹੈ ਮੈਂ ਹੁਣ ਜਿੱਥੇ ਆਮ ਤਰ੍ਹਾਂ ਮੁਸਾਫਰਾਂ ਦਾ ਆਮ ਤਰ੍ਹਾਂ ਸਿਲਸਿਲਾ ਹੈ ਉੱਥੇ ਮੈਂ ਨੀਚੇ ਆ ਗਿਆ ਸੀੜੀਆਂ ਤੋਂ ਹੁਣੇ ਖਲਤੇ ਨੇ ਆਪਣੇ ਆਪਣੇ ਰਿਜ਼ੋ ਕਾਰ ਦਾ ਇੰਤਜ਼ਾਰ ਕਰ ਰਹੇ ਨੇ ਉਹ ਬਾਹਰ ਆਵਣ ਸਮਾਨ ਲੈ ਕੇ ਮਿਲੀਏ ਮੈਂ ਵੇਟ ਕਰ ਰਿਹਾ ਆਪਣੇ ਅੰਕਲ ਨਾਲ ਅਤੇ ਉਹ ਬੰਦੇ ਖਲਤੇ ਜਿਹੜੇ ਆਪਣੇ ਰਿਜ਼ੋ ਕਾਰ ਦਾ ਇੰਤਜ਼ਾਰ ਕਰ ਰਹੇ ਨੇ ਫਲੈਟ ਲੈ ਗਈ ਹੈ ਇਹ ਬੇਸਮੈਂਟ ਹੈ ਗਰਾਊਂਡ 'ਚ ਬੇਸਮੈਂਟ ਗਰਾਊਂਡ 'ਚ ਫਲੋਰ ਹੈ ਇਹ ਅਹਿਮਦ ਵਾਲਾ ਸਭ ਬੰਦੇ ਖਲਤੇ ਨੇ ਜਿਹੜੇ ਆਪਣੇ ਅਜ਼ੀਜ਼ੋ ਕਾਰ ਬਣਾ ਕੁਝ ਆ ਗਏ ਤਾਂ ਕੁਝ ਆਵਣ ਲੱਗੇ ਉਹਨਾਂ ਦਾ ਇੰਤਜ਼ਾਰ ਕਰਨ ਲੱਗੇ
ਮੁਸਾਫਰ ਆ ਰਹੇ ਨੇ ਬਾਹਰੋਂ। सामने मेरे अंकल बाहर आ गए ना, मैं आसमान लाभ गया ने तो हम बाहर आवन लगे। सामने मैं अंकल अभी पिक कर लिया था, हूँ वापस जा रहा सर एयरपोर्ट तो। बावली रेस्टोरेंट तो असर रुकिया नाश्ता कर लगे मैं तो अंकल अभी। गाड़ी पार की है मैं, मेरी गाड़ी साफ कर रहे मेरी। बावली रेस्टोरेंट है कार वापसी हल जुले हैं, गड्डी गलती है मेरी। बस नाश्ता कर रहे हैं, बावली रेस्टोरेंट का नाश्ता किया है अंकलों नाल, जुले हाँ वापसी अपने घर का नाम। ओ ढोल वफादारा, ओ ढोल वफादारा, तेरी गड्डी उत्ते बह जावा। ओ ढोल वफादारा, तेरी गड्डी उत्ते बह जावा। ओ छड पर यूके नू, ओ छड पर यूके नू, तेनू मियां वाली ले जावा। मैं घर पहुंच आया, अंकल लैके आया समान लाना गड्डी जो अंकल का मकान है। तुसा मेरी वीडियो लाइक कर सो, शेयर कर सो, उम्मीद है तुसें वीडियो मेरी पसंद आपसी। शुक्रिया मेहरबानी।